ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਅਸਾਂ ਨਏ ਨਏ ਆਇਆ ਹੈ ਲੱਗ ਜਾਂਦਾ ਗਰਮੀ ਆ ਤੋਂ ਉੱਥੋਂ ਆਉਂਦੇ ਹੈਗੇ ਗਰਮੀ ਚੋਂ ਹਾਂ 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 ਅੱਛਾ ਅੱਛਾ ਇਹ ਜਿਹੜੀ ਹੁੱਡੀ ਮੈਂ ਲਾਈ ਵੀ ਹੈ ਨਾ ਇਹ ਸੈਮ ਇਸ ਚੀਜ਼ ਮਟੀਰੀਅਲ ਵਿੱਚ ਵੀ ਹੈ ਸੈਮ ਚੀਜ਼ ਹੈ ਪ੍ਰਾਈਜ਼ ਅਗਰ ਚੈੱਕ ਕਰ ਸਕਦਾ 14 ਪਾਊਂਡ ਸਿਰਫ 14 ਪਾਊਂਡ ਆਉਣੀ
ਪਹਿਲਾਂ ਮੈਂ ਕੋਈ ਟਰਾਈ ਨਾ ਕਰੀ ਕਿੰਨਾ ਸਾ ਯਾਰ ਕਿਸ ਤਰ੍ਹਾਂ ਲਾਲ ਮੈਂ ਜਾਣਾ ਸੋ ਮੈਂ ਚੈੱਕ ਕਰੀ ਕਿ ਨਾ ਜੈਕਟ ਹੈ ਕੁਆਲਿਟੀ ਵਾਈਜ਼ ਚੈੱਕ ਕਰੋ ਕਿੰਨਾ ਨਾਈਸ ਮਟੀਰੀਅਲ ਹੈ ਪ੍ਰਾਈਸ ਅਗਰ ਮੈਂ ਸੰਗੀ ਇਸ ਨੇ ਦੱਸਾਂ ਸਹੀ ਯਕੀਨ ਨਾ ਕਰਨ ਲੱਗੇ ਕਿ ਸਿਰਫ 18 ਪੌਂਡਾਂ ਨਹੀਂ ਇਹ ਜੈਕਟ ਹੈ ਬਲੀਵ ਕਰੀ ਕਿ ਨਾ ਇਸ ਨੇ ਨਾਈਸ ਜੈਕਟ ਇਤਨਾ ਨਾਈਸ ਸਟਫ ਇਤਨਾ ਨਾਈਸ ਮਟੀਰੀਅਲ ਇਹ ਸ਼ੂਜ਼ ਬੇਸਿਕਲੀ ਜ਼ਿਆਦਾਤਰ ਘਰਾਂ ਵਿੱਚ ਇਸਤੇਮਾਲ ਹੋਣੇ ਮਤਲਬ ਕਿ ਆਮ ਨਾਰਮਲ ਯੂਜ਼ ਵਿੱਚ ਔਰ ਪ੍ਰਾਈਸ ਚੈੱਕ ਕਰੋ ਕਿਤਨਾ ਕਿਊਟ ਜਿਹਾ ਸ਼ੂਜ਼ ਨਾ ਪੇਅਰ ਹੈ ਔਰ ਜਸਟ 5 ਪੌਂਡ ਵਿੱਚ ਆਏ ਚੈੱਕ ਕਰੋ ਨਾਈਸ ਜਿਹਾ ਪੇਅਰ ਹੈ ਸ਼ੂਜ਼ ਨਾ ਰੀਅਲੀ ਨਾਈਸ ਔਰ ਅਗਰ ਇਸ ਨੇ ਪ੍ਰਾਈਸ ਮੈਂ ਚੈੱਕ ਕਰਾਂ ਤਾਂ ਜਸਟ 12 ਪੌਂਡਾਂ ਨਾਲ ਸਿਰਫ ਇਹ ਨਾਈਸ ਜਿਹਾ ਸ਼ੂਜ਼ ਹੈ ਮੈਂ ਜੋੜਾ ਤੁਸਾਂ ਕੀ ਅਨਬਲੀਵੇਬਲ ਡਿਫਰੈਂਟ ਕਲਰ ਵਿੱਚ ਹਨ ਡਿਫਰੈਂਟ ਡਿਜ਼ਾਈਨ ਵਿੱਚ ਹਨ ਐਂਡ ਡਿਫਰੈਂਟ ਸਟਾਈਲ ਵਿੱਚ ਹਨ ਇਹਨਾਂ ਦਾ ਮਟੀਰੀਅਲ ਇਤਨਾ ਨਾਈਸ ਹੈ ਨਾ ਇਤਨਾ ਸੌਫਟ ਸੌਫਟ ਹੈ ਨਾ ਇਕੋ ਨਾ ਲੈਦਰ ਰੀਅਲੀ ਨਾਈਸ ਗੁੱਡ ਕੁਆਲਿਟੀ ਨਹੀਂ ਲੈਦਰ ਹੈ ਔਰ ਅਗਰ ਮੈਂ ਇਸਨੇ ਪ੍ਰਾਈਸ ਤਾਂ ਕੀ ਦੱਸਾਂ ਨਾ ਤਾਂ ਬਲੀਵ ਨਾ ਕਰਨ ਲੱਗੇ ਜਸਟ 9 ਪਾਉਂਡ ਵਿੱਚ ਸਿਰਫ 9 ਪਾਉਂਡਾਂ ਨਾਲ ਇਹ ਤੁਸਾਂ ਕੀ ਜੁੱਤੀਆਂ ਨਾਲ ਜੋੜਾ ਮਿਲਣਾ ਰੀਅਲੀ ਨਾਈਸ ਜਾ ਹਾਂਜੀ ਮਾੜੇ ਭੈਣੋ ਅਤੇ ਮਾੜੇ ਭਰਾ ਉਮੀਦ ਹੈ ਸਾਰੇ ਭੈਣਾਂ ਭਰਾ ਬਿਲਕੁਲ ਖੈਰ ਖੈਰੀਅਤ ਨਾਲ ਹੋਸਨ ਹੈ ਜੀ ਇਸ ਟਾਈਮ ਮੈਂ ਮੌਜੂਦ ਹਾਂ ਵੈਸਟ ਬ੍ਰੋਮਵਿਚ ਵਿੱਚ ਸਾਹਮਣੇ ਚੈੱਕ ਕਰ ਸਕਦੇ ਹੋ ਚੇਜ਼ ਡਿਪਾਰਟਮੈਂਟਲ ਸਟੋਰ ਬੇਸਿਕਲੀ ਇਹ ਪੂਰਾ ਸਟੋਰ ਹੈ ਜਿਸ ਨੇ ਬੱਚਿਆਂ ਨੇ ਕੱਪੜੇ ਬੜਿਆਂ ਨੇ ਕੱਪੜੇ ਜਣਿਆਂ ਨੇ ਕੱਪੜੇ ਮਰਦ ਔਰਤ ਸਾਰਿਆਂ ਨੇ ਕੱਪੜੇ ਮੌਜੂਦ ਹੈ ਇੱਥੇ ਕੱਪੜਿਆਂ ਤੋਂ ਇਲਾਵਾ ਵੀ ਹੋਰ ਬਹੁਤ ਕੁਛ ਹੈ ਲੇਕਿਨ ਹੈ ਕਿ ਉਹ ਜਿਸ ਲਈ ਅੰਦਰ ਜਾਸਾਂ ਤਾਂ ਪਤਾ ਲੱਗ ਸਕਿਆ ਕਿਉਂਕਿ ਸਪੈਸ਼ਲੀ ਨਾ ਮੈਂ ਇਨਵਾਈਟ ਕੀਤਾ ਸੀ ਵਟਸਐਪ ਮੈਸੇਜ ਕੀਤਾ ਸੀ ਐਸਾ ਦ੍ਰਿਸ਼ ਭਾਈ ਤੁਸੀਂ ਅੱਛਣਾ ਹੈ ਵਿਜ਼ਿਟ ਕਰਨਾ ਹੈ ਸਾਡਾ ਸਟੋਰ ਮੈਂ ਅੱਛਣਾ ਕੰਮ ਹੀ ਹੋਣਾ ਆ ਮੈਸੇਜਾਂ ਪਰ ਲੇਕਿਨ ਜਿਸ ਲਈ ਮੈਂ ਇਹਨਾਂ ਨੇ ਪ੍ਰਾਈਜ਼ਾਂ ਚੈੱਕ ਕੀਤੀਆਂ ਨਾ ਮੈਂ ਹੈ ਡੈਫੀਨੇਟਲੀ ਇਨਸ਼ਾਅੱਲਾ ਵਿਜ਼ਿਟ ਕਰ ਸਕਾਂ ਕਿ ਤੁਸੀਂ ਕੀ ਆਬਵੀਅਸਲੀ ਫਾਇਦਾ ਲਾਜ਼ਮੀ ਦੇਣਾ ਕਿ ਮਾੜਾ ਕੰਮ ਬਣਨਾ ਹੈ ਕਿ ਤੁਸੀਂ ਕੀ ਅੱਛੀਆਂ ਅੱਛੀਆਂ ਚੀਜ਼ਾਂ ਦੱਸਾਂ ਜਿੱਥੇ ਸੋ ਅਲੀਮ ਭਾਈ ਹੋਰਾਂ ਨਾਲ ਮਿਲੀ ਤਾਂ ਅੱਜ ਇਨਸ਼ਾਅੱਲਾ ਅੰਦਰ ਜੁਸਾਂ ਤੁਸਾਂ ਕੀ ਚੈੱਕ ਕਰਾ ਸਕਾਂ ਕਿ ਅੰਦਰ ਕਿਆ ਕਿਆ ਰੱਖਿਆ ਵਾ ਕਿਤਨਾ ਮੁਨਾਸਬ ਪ੍ਰਾਈਜ਼ ਪਰ ਰੱਖਿਆ ਔਰ ਕਿਤਨਾ ਕੁਆਲਿਟੀ ਵਾਲਾ ਜਿਹੜਾ ਮਾਲ ਰੱਖਿਆ ਇਹਨਾਂ ਸਪੈਸ਼ਲ ਮੈਂ ਵੀਡੀਓ ਹੋਰ ਕੋਈ ਨਹੀਂ ਬਣਾਈ ਹੈ ਇਸੇ ਵਜ੍ਹਾ ਸੋ ਕਿਉਂਕਿ ਇਤਨਾ ਬੜਾ ਸਟੋਰ ਹੈ ਅੰਦਰ ਕਿ ਇਸ ਕੀ ਕਵਰ ਕਰ ਰਹੇ ਹੋ ਵੀ ਕਾਫੀ ਟਾਈਮ ਲੱਗ ਸੀ ਲਾ ਰਿਹਾ ਪਰ ਇਹਨੇ ਵੀਡੀਓ ਬਣਾਈ ਤਾਂ ਬੜਾ ਲੰਮਾ ਹੋ ਜਾਸੀ ਸਿਸਟਮ ਸਾਂ ਕਿ ਮੈਂ ਚੀਜ਼ ਨਹੀਂ ਪਤਾ ਲੱਗਣ ਲਈ ਅੱਜ ਮੈਂ ਜਿਹੜਾ ਪੁਆਇੰਟ ਹੈ ਨਾ ਉਸਾ ਕਿ ਸਿਰਫ ਟਾਰਗੇਟ ਕਰ ਸਾਂ ਇਨਸ਼ਾਅੱਲਾ ਜਿਹੜਾ ਕਿ ਅੰਦਰ ਜਾਈ ਪ੍ਰਾਈਜ਼ਾਂ ਵਗੈਰਾ ਚੀਜ਼ਾਂ ਦੱਸਾਂ ਸਾਂ ਕਿ ਅਗਰ ਉਸੇ ਪਸੰਦ ਅਚਣੀ ਹੈ ਸੋ ਲਾਜ਼ਮੀ ਵਿਜ਼ਿਟ ਕਰੇ ਅਲੀਮ ਭਾਈ ਵੈਸਟ ਬ੍ਰੋਮਵਿਚ ਸ਼ਾਪਿੰਗ ਸੈਂਟਰ ਹੈ ਵੈਸਟ ਬ੍ਰੋਮਵਿਚ ਸ਼ਾਪਿੰਗ ਸੈਂਟਰ ਹੈ ਹੁਬੇ ਤੱਕ ਫਿਰ ਟੈਸਕੋ ਵਗੈਰਾ ਬਾਕੀ ਹਾਂ ਬਿਲਕੁਲ ਬਾਹਰ ਸਾਹਮਣੇ ਬੋਰਡ ਲਗਾ ਬ੍ਰਾਂਡ ਹੈ ਬਾਕੀ ਸਾਰੇ ਸਟੋਰ ਜਿਹੜੇ ਨੇ ਅੱਜ ਤਕਰੀਬਨ ਮੌਜੂਦ ਹੈ ਬਾਕੀ ਤੱਕ ਕਿਸੇ ਵੀ ਪਿੱਛੇ ਸੁਣੇ ਬਿਲਕੁਲ ਲੇਕਿਨ ਅਸਾਂ ਜਿਹੜਾ ਨਹੀਂ ਹੈ ਚੇਜ਼ ਡਿਪਾਰਟਮੈਂਟ ਜਿਹਨਾਂ ਹੈ ਬਾਕੀ ਅੱਗੇ ਅੰਦਰ ਚੱਲਣੇ ਹਾਂ ਤੁਸਾਂ ਕੀ ਦੱਸਣੇ ਹਾਂ ਮਾਲ ਮਾਸ਼ਰ ਅੰਦਰ ਕਿਆ ਕੋਈ ਚੀਜ਼ਾਂ ਹੀ ਆ ਅਸਾਂ ਕਿਆ ਸ਼ਾਪਿੰਗ ਕਰਨੀ ਹੈ ਕਿ ਤੁਸਾਂ ਕੀ ਅੱਗੇ ਕੋਈ ਪਸੰਦ ਅੱਛਣੀ ਤਾਂ ਆਨਲਾਈਨ ਵੀ ਹੈ ਤਾਂ ਅਗਰ ਇੱਥੇ ਅੱਛਣਾ ਜਾਣੇ ਹੋ ਤਾਂ ਇੱਥੇ ਵੀ ਆਈ ਸਕਦੇ ਹਾਂ ਸੋ ਹੇਜ ਚੇਜ਼ ਡਿਪਾਰਟਮੈਂਟ ਸਟੋਰ ਅੱਛਾ ਜੀ ਮੇਰੇ ਪਹਿਲਾਂ ਤਾਂ ਮਾਈਕਰੋ ਸਟੋਰ ਨੇ ਅੰਦਰ ਆਈ ਗਈਆਂ ਕਿਉਂਕਿ ਲੈ ਅੰਦਰ ਆਏ ਸੀ ਨਾ ਉਸ ਲਈ ਥੋੜ੍ਹਾ ਜਿਹਾ ਮਾਲ ਨਹੀਂ ਬਣਨਾ ਸੀ ਤਾਂ ਮੈਂ ਹੈ ਕਲੋਜ਼ ਜਾਈ ਨਾ ਫਿਰ ਇਨਸ਼ਾਅੱਲਾ ਸੰਗੀ ਚੀਜ਼ਾਂ ਚੈੱਕ ਕਰਾ ਸਾਂ ਪਿੱਛੇ ਜਿਹੜਾ ਸੈਕਸ਼ਨ ਹੈ ਉਹ ਲੇਡੀਜ਼ ਨੇ ਨਾਲ ਹੀ ਬੱਚਿਆਂ ਨੇ ਮਤਲਬ ਕਿ ਇੱਥੇ ਲੇਡੀਜ਼ ਨੇ ਜੂਲਰੀ ਵਗੈਰਾ ਬੱਚਿਆਂ ਨੇ ਕੱਪੜੇ ਵਗੈਰਾ ਮੈਨਸ ਜਿਹੜਾ ਸੈਕਸ਼ਨ ਹੈ ਨਾ ਉਹ ਉੱਪਰ ਇਨਸ਼ਾਅੱਲਾ ਪਹਿਲੀ ਨੀਚੇ ਲਾ ਕਵਰ ਕਰਨੇ ਆ ਅੱਛੀ ਚੀਜ਼ਾਂ ਦੱਸਣੇ ਆ ਦੈਨ ਉੱਪਰ ਜਾਈ ਨਾ ਫਿਰ ਸੰਗ ਕੀ ਦੱਸਾਂ ਆਪਣਾ ਜਿਹੜਾ ਅਸਾਂ ਸਮਾਨ ਕਿੰਨਾ ਆ ਸੋ ਬੇਸਿਕਲੀ ਫਸਟ ਪਰਸਨ ਚੈੱਕ ਕਰ ਸਕਦੇ ਹੋ ਬੈਗ ਡਿਫਰੈਂਟ ਟਾਈਪ ਨੇ ਮੌਜੂਦ ਹੈ ਆਪਣਾ ਓਬਵੀਅਸਲੀ ਜ਼ਿਆਦਾ ਲੋਗੋ ਵਗੈਰਾ ਲਗਾ ਹੋਇਆ ਪ੍ਰਾਈਜ਼ ਚੈੱਕ ਕਰੋ ਬਾਕੀ ਛੋੜੋ ਸਭ ਤੋਂ ਪਹਿਲਾਂ ਮੈਂ ਸਿਰਫ ਪ੍ਰਾਈਜ਼ ਦੱਸਣਾ 12 ਪਾਉਂਡ ਮਤਲਬ ਕਿ ਇਸ ਬੈਗ ਨੇ ਕੀਮਤ ਤੁਸੀਂ ਕਿ ਕੁਦਰੂ ਵੀ ਜਿਹੜਾ ਨਹੀਂ 12 ਪਾਉਂਡ ਨਾਲ ਨਹੀਂ ਮਿਲਣਾ ਸਾਰੇ ਤਕਰੀਬਨ ਇਸ ਰੇਂਜ ਨੇ ਅੰਦਰ ਮੌਜੂਦ ਹੈ ਆਹੀ ਦੱਸੋਗੇ ਜਿਹੜੇ ਆਸ ਵਿੱਚ ਪਾਉਣੇ ਵਾਲੇ ਚੈੱਕ ਕਰੇਗਾ ਜਸਟ ਸਿਰਫ 5 ਪਾਉਂਡ ਨਾਲ ਇਹ ਜਿਹੜਾ ਆ ਡਿਫਰੈਂਟ ਕੁਆਲਿਟੀ ਵਿੱਚ ਮੌਜੂਦ ਹੈ ਡਿਫਰੈਂਟ ਪ੍ਰਾਈਜ਼ ਤਕਰੀਬਨ ਸਾਰਿਆਂ ਦੀਆਂ ਸੇਮ ਹੀ ਆ ਉਸ ਬਾਇਕ ਦੀ ਪ੍ਰਾਈਜ਼ ਕਿਤਨੀ ਸੀ ਅਲੀ ਭਾਈ 12 ਪਾਉਂਡ 12 ਪਾਉਂਡ ਤੇ ਇਸ ਨੇ ਅਗਰ ਲੈ ਸੋਰ ਚੈੱਕ ਕਰੀ ਕਿ ਨਾ ਇਸਨੇ ਵੀ 12 ਪਾਉਂਡ ਸਾਰੇ ਤਕਰੀਬਨ ਬੈਗ ਜਿਹੜੇ ਨਾ 12 ਪਾਉਂਡ ਨੇ ਮਤਲਬ ਦੱਸਣ ਦਾ ਮਕਸਦ ਇਹ ਸੀ ਤੁਸੀਂ ਕਿ ਪ੍ਰਾਈਜ਼ ਤੁਸੀਂ ਕਿ ਦੱਸੀ ਰਹੇ ਕਿ ਰੀਅਲੀ ਮੁਨਾਸਬ ਕੀਮਤ ਵਿੱਚ ਰੀਅਲੀ ਗੁੱਡ ਕੁਆਲਿਟੀ ਹੈ ਅਗਰ ਇਹ ਦੱਸੋ ਥੋੜ੍ਹਾ ਜਿਹਾ ਬਾਕੀ ਹੈ ਕਿ ਇਹ ਲੇਡੀਜ਼ ਨੇ ਜੈਕਟ ਲਾਣੇ ਵਾਸਤੇ ਐਂਡ ਇਸਨੇ ਵੀ ਕੀਮਤ ਲਿੰਬ ਬਾਈ ਚੈੱਕ ਕਰ ਸੋ ਜਸਟ 15 ਪਾਉਂਡ ਮਤਲਬ ਕਿ ਇਸਨੇ ਪਰ ਵੀ ਤਕਰੀਬਨ ਉਹਨਾਂ ਸੇਲ ਲਾਈ ਵੀ ਹੈ 25% ਆਫ ਪਤਾ ਨਹੀਂ ਕਿਤਨਾ ਬਾਕੀ ਉਹ ਘੱਟ ਘਟਾ ਕਰੀ ਤਾਂ ਤੁਸੀਂ ਜਿਹੜਾ ਇਹ ਚੈੱਕ ਕਰੀਦਾ ਅੱਛਾ ਜਾ ਸੋ ਡਿਫਰੈਂਟ ਚੀਜ਼ਾਂ ਹੀ ਆਬਵੀਅਸਲੀ ਹਰ ਚੀਜ਼ ਖੋਲੀ ਤਾਂ ਨਾ ਦੱਸੀ ਇਹਨੇ ਮੈਨ ਜਿਹੜੀਆਂ ਚੀਜ਼ਾਂ ਮਿਕੀ ਪਸੰਦ ਸਨ ਉਹ ਮੈਂ ਤੁਸਾਂ ਕੀ ਦੱਸਾਂ ਤੁਸਾਂ ਕਿੰਨੀਆਂ ਹੋਈਆਂ ਤੁਸਾਂ ਚਾਹੀਦੀਆਂ ਲੁੱਕ ਕਿੱਦਾਂ ਪਿੰਕ ਕਲਰ ਵਿੱਚ ਬੇਸਿਕਲੀ ਜੈਕਟ ਹੈ ਲੇਡੀਜ਼ ਜੈਕਟ ਡਿਫਰੈਂਟ ਕਲਰ ਵਿੱਚ ਆਈ ਜਾਣੀ ਹੈ ਬਲੂ ਵਿੱਚ ਵੀ ਹੈ
एंड देन ब्लैक विच भी मिली जाने और प्राइस जिसला सो मैं चेक करा तो संगीत है वो रियली रियली मुनासिब जस्ट 20 पाउंड इट्स संग कुदरो भी नहीं मिलना और क्वालिटी भी जेडी नहीं है रियली नाइस है दिस इज द बैक बाइक जरा नाइस का लगा मैं है तो संगीत दसी है ये भी तकरीबन तो संगीत 12 पाउंड से सस्ता लबसी आती नहीं जस्ट 9 पाउंड ये बैग 9 पाउंड ना है 12 पाउंड ना नहीं है मतलब कि रेंज से दसना पे कितनी सस्ती है अगर आज सो लिम भाई लेडीज पहले कवर करेगी ना ये जो माल लगा हुआ है तकरीबन 6 पाउंड ना लगाया और इसमें बीच भी क्वालिटी रियली नाइस है ये नहीं है कि क्वालिटी बैड है रियली नाइस क्वालिटी है ये बाकी अगर तुम पसंद करना था जनाब ये लेकिन नहीं जो ये थोड़ा सा डिफरेंट बीच है थोड़ा लॉन्ग आई जाना है ये भी लेडीज ने रिलेटेड है ये भी जस्ट 20 पाउंड बीच है और इसमें बीच भी डिफरेंट डिफरेंट हैंड डिजाइन भाई मारने एक सौ नाल ना स्लोली स्लोली डिफरेंट स्टाइल नहीं है इतना जैकटा मौजूद नहीं है जस्ट 20 पाउंड नहीं है ये जैकट जारी है डिफरेंट कलर भी लगी जानी एंड डिफरेंट साइजेस ये मजीद जैकटा ही लैदर विच ये जिसल मैं सियाँ ना एक स्टोर से उसने पर तकरीबन 100 का पता नहीं कितने पाउंड नहीं जस्ट चेक करो सेम चीज़ उ है लेकिन प्राइस विच अगर चेक करा तो सिर्फ 25 पाउंड नहीं और ये लैदर विच जैकट है और रियली नाइस डिजाइन विच है डिफरेंट कलर विच भी अवेलेबल है मजीद लैदर जैकट लोंग वो शॉर्ट सी तो लोंग है यह है वैसे लेडीज नहीं है लेकिन है कि मैं तुसा कि लाई तो दसना पे कि अगर लेडीज लासी तो कैसी लगसी है पिंक कलर विच रियली नाइस टॉप है मटीरियल वाइज रियली रियली गुड है ना सॉफ्ट सॉफ्ट मटीरियल रियली नाइस सॉफ्ट है चेक भी करी कि आइडिया भी जैसे कि कितना नाइस मटीरियल लगाया इसने पर और प्राइस अगर तुम दसा तो जस्ट 25 पाउंड डिफरेंट कलर विच भी है वाइट विच भी है ब्लैक विच भी है बाकी चेक कर सकने हो अगर जहर है गर्मियाँ लगियाँ चाहिए तो उस लिहाज ना लेना कलरिंग जी डिसाइड की है ना रियली नाइस की क्योंकि समर है तो समर ने लिहाज न फिर उन्हें इस तरीके नाल माल मंगाया ये ट्राउजर है लेडीज ट्राउजर है और अगर इन्होंने प्राइस चेक कर सो तो लीम भाई प्राइस अगर इन्होंने चेक करो तो जस्ट 7 पाउंड में और रियली नाइस है चेक करेगा क्वालिटी वाइज भी रियली नाइस मटीरियल लगाया बाकी चेक कर सकनो समर कलेक्शन है ये भी इन्होंने रियली नाइस टॉप है मटीरियल रियली रियली नाइस है सॉफ्ट सॉफ्ट मटीरियल है सॉफ्ट जाया डिफरेंट डिजाइन भी है चेक करी किन्ने प्राइस इसने प्राइस जस्ट 10 पाउंड सिर्फ 10 पाउंड ने तकरीबन सारे सारे मिलने और इन्होंने मटीरियल भी रियली रियली नाइस है रियली सॉफ्ट मटीरियल मुझे बड़ी ज़बरदस्त पसंद आई इसकी आइला टॉप ये चेक करो इसने लुक लाइक चेक करो इसने डिज़ाइन चेक करो और मटेरियल भी काफ़ी मोटा है और काफ़ी सॉफ्ट राफ्ट है चेक करो ठीक है खिंचने होना तुम तो रियल नाइस हो जाना जस्ट 15 पाउंड ना रियली नाइस है बाकी ब्लैक कलर भी चाहिए आया एंड देन अगर किन्ने हो तो पिंक कलर रियली नाइस है जरा कि लड़कियाँ ना अक्सर फेवरेट कलर होना पिंक अच्छा ये चेक करी किन्ने हो ये भी बेसिकली अगर टॉप है 25% वैसे भी इसमें ऊपर ऑफ लगा हुआ तो प्राइस तकरीबन इसमें है भी 25 पाउंड है और 25 पाउंड भी ऑब्वियसली 25% ऑफ है अगर उसमें साग लाई किन्न होगी तकरीबन 18 या 17 पाउंड आना तकरीबन है पेना और रियली नाइस क्वालिटी विच और रियली नाइस कलर विच और रियली नाइस डिजाइन विच अगर जैसो थोड़ा जो मजीद और भी लगे हुए कपड़े वगैरह जो किन्न आई चेक करो ये भी एक टॉप है 25% इसने पर भी ऑफ लगाया 22 पाउंड ने एंड प्राइस अगर 25% कटो तो तकरीबन 18-17 पाउंड आना है ये मैं तुम्हें दसना इस वजह से हूँ क्योंकि मुझे पता है जिसल कोई चीज़ चंगी लगनी ना तो स्क्रीन शॉट चाहिए किन्न जाइ ना शॉप लेके दसने कि असंकी ये चीज़ चाहिए दरी से दसी से क्योंकि मेरी याद है कि पिछली बार जो मैं कपड़े की वीडियो बनाई सी इतने वो कपड़े जेड़े जेड़े मैं शो किया वो सारा तकरीबन सेल हो गया सी बाकी तो छोड़ो जो मैं जिस चीज़ दसी सी वो सारी तकरीबन सेल हो गई सी तो इस वजह से हमारी कोशिश होनी है कि चीज़ वो चूज़ करा वो पिक करा जी तुम्हें पसंद अच्छा है उसमें वास्तव ईजी हो जाए सो डिज़ाइन भी डिफरेंट भी मौजूद है बाकी है कि ये बेसिकली लेडीज सैक्शन है थोड़ा जगह आई जाए तुम और माल दस आई चक्कर
different color which or price in on 20 pound aaja sir ye dresses kafi viral hai tiktok par inna de rahe hain vich kafi zyada sale ho rahi hai inna ni different design vich maujood hai different style vich maujood hai aur agar inna ne main keemat se dassan da waqai tha rahan ho ja so just 30 pound ma matlab pura asan ki dress labna hai कुदर भी नहीं लगा टिकटॉक पर भी तक तकरीबन पठ सत्तर पाउंड नहीं के लगना है लेकिन इतना डिफरेंट स्टाइल भी इन्ना कि मैं थोड़ा जो सा इन्ना कि मैं कोशिश करना है सारे ड्रेसिस तो सी दस मौजूद है स्टाइल भी है ये ब्लैक कश्मीरी स्टाइल ये भी मौजूद है रियली नाइस पिंक कलर विच ये टॉप चेक करी कि मटीरियल रियली नाइस है कीमत अल्लाह करे रियली नाइस है नहीं नहीं कम अच्छा जी इज जस्ट 25 पाउंड है लेकिन मटीरियल जे वाइज जरा नहीं है रियली नाइस है और कलर भी रियली नाइस है डिजाइन भी रियली नाइस है नाल ही पार सामने दूसरी साइड भी नाइस है लगे हैं गुड्डी इस कलर विच है ये सारिया लेडीज़ नहीं है इस कलर विच है एंड देन इस डिजाइन विच है तो बाकी डिफरेंट और भी लगे हुए हैं ये पूरा ड्रेस लभी जाना तुसा के जस्ट आई थिंक 30 पाउंड में डिफरेंट डिजाइन विच डिफरेंट स्टाइल विच ये मौजूद हैं और इन्हां दी प्राइस कॉल इट्स 24 पाउंड है इस चीज में और बाकी अगर लेडीज़ का सामान लेडीज़ वगैरह ने रिलेटिव्स ने चेक किया खुद भी विजिट करो क्योंकि जाहिर है मैं तो कुछ भी चीज़ा दसी सकना है लेकिन तुसा में भी इन्हें भी चंगी जी चीज़ा लोड़ी तो तलाश करी रखी है हूँ थोड़ा बच्चों ने समान से दसी है हाँ जी हूँ आई गए बच्चों ने सैक्शन बच्चों ने कपड़े तुम दसने जस्ट 8 पाउंड हम तकरीबन सारे इस प्राइस रेंज में ज़्यादा महंगे को नहीं है चेक करी सकते क्योंकि नाइस ड्रेस है जस्ट सारे 8 पाउंड बाकी माशाल्लाह ओ क्यूट निक्के ने शूज चेक करो निक्के जे शूज हैं रियली क्यूट जे और जिस प्राइस जड़ी नहीं है इन्होंने 6 पाउंड इतने पर भी ऑब्वियसली ऑफर लगी हुई क्योंकि फिलहाल जो ऑफर भी 25% ऑफ है हूँ 6 पाउंड कट सो तो बाकी में जाना भी 4 पाउंड जी पैसे है इतना सस्ता माल है बाकी है कि थोड़े जे अगर बेबी सारे बड़े हुए उन्होंने वास्ते भी कपड़े मौजूद है एज वाइज अगर संत है जैसे बच्चा पैदा होना उन्होंने को भी मौजूद है बड़ा होना एक साल दो साल त्रै चार पाँच उन्होंने वास्तव भी मौजूद है अगर सर्दियों ने चेक करी गिनो है मजीद अगर तुम दसा तो इस साइड भी बच्चे ने मौजूद हैं ये भी चेक करी गिनो है एंड प्राइजिज घड़ी घड़ी तुम क्या दसा बसों चेक करी गिनो कि रेंज चेक करो एवरेज लाई गिनो 5 पाउंड ये चेक करी गिनो बच्चे ने हुडीज डिफरेंट डिजाइन है मटीरियल चेक करो स्टाइल चेक करो डिजाइन चेक करो बच्चे ना थोड़े पसंद करने ही है जे सो प्राइस जस्ट 10 पाउंड मैं 10 पाउंड ने खुदी अच्छे कुसा जगह नहीं लगन लगी है रियली मुनासिब प्राइस विच ये बच्चे ने टॉप इन रियली नाइस डिजाइन है चेक करो कितना नाइस है और मटेरियल में वैसे बना है नाइस है तो जिस अच्छे ना तो क्या आइडिया हो जिससे कि कितना नाइस है हमारे बाने पर यकीन ना करो तो खुद अच्छे ना जब तुम्हें पता लग जैसे जस्ट 10 पाउंड ना क्योंकि मटीरियल वेरी नाइस है चेक करो बच्चे थोड़ा ब्राइट ब्राइट कलर पसंद करने येलो कलर वेरी नाइस डिजाइन इधर भी बच्चे ने अगर तुम्हें जीन्स चाहिए जीन्स भी अवेलेबल है जस्ट 10 पाउंड बच्चे ने ट्राउजर वगैरह बच्चों ने फेवरेट कलर भी बाकी इस साइड मार ये जी हमारे निक्किया निक्किया भैन उन्होंने वास्ते कितने नाइस कलर है
ਜਸ 10 ਪਾਉਂਡ ਵਿੱਚ ਇਹ ਵੀ ਹੈਗਾ ਚੈੱਕ ਕਰੀ ਕਿਨਾਂ ਬੱਚੀਆਂ ਨੇ ਨਾਈਸ ਦੇ ਕਲਰ ਨਾਈਸ ਜਿਹਾ ਡਿਜ਼ਾਈਨ ਵਿੱਚ ਚੈੱਕ ਕਰੀ ਕਿਨਾਂ ਲੁੱਕ ਦਿਸ ਸਟਾਈਲ ਚੈੱਕ ਕਰੋ ਡਿਫਰੈਂਟ ਸਟਾਈਲ ਮਾਲ ਬਹੁਤ ਜ਼ਿਆਦਾ ਇੱਥੇ ਵੇਅਰ ਹਾਊਸ ਬਹੁਤ ਬੜਾ ਹੈ ਨਾ ਮੈਂ ਉੱਥੋਂ ਟੁਰਿਆ ਇੱਥੋਂ ਦੱਸਿਆ ਕੁਝ ਚੀਜ਼ਾਂ ਸਾਂ ਕਿ ਦੱਸੀਆਂ ਤਾਂ ਕਿਤੇ ਪਸੰਦ ਆਈਆਂ ਉਹ ਸਮਝਾਂ ਕੇ ਇੱਧਰ ਬੇਬੀ ਨੇ ਕਿਧਰ ਹੀ ਗਏ ਪਾਣੀ ਵਗੈਰਾ ਨੇ ਬੋਟਲ ਵਗੈਰਾ ਨੇ ਇੱਧਰ ਵੀ ਮੌਜੂਦ ਹੈ ਮਤਲਬ ਕਿ ਵੇ ਬਹੁਤ ਹਾਊਸ ਬੜਾ ਹੈ ਫਿਰਨੇ ਵੀ ਕਾਫੀ ਟਾਈਮ ਲੱਗਣਾ ਹੈ ਤੇ ਤੁਸੀਂ ਹੁਣ ਖੁਦ ਵਿਜ਼ਿਟ ਕਰਨਾ ਤਾਂ ਫਿਰ ਵੀ ਨਾਲ ਦੱਸਣਾ ਹੈ ਕਿ ਕਿਹਦਾ ਲਗਾ ਤੁਸੀਂ ਕਿ ਸਟੋਰ ਲਾਜ਼ਮੀ ਦੱਸਿਆ ਤੁਸੀਂ ਆਏ ਕਲਰ ਚੈੱਕ ਕਰੋ ਬੱਚਿਆਂ ਕੱਪੜੇ ਵੀ ਚੈੱਕ ਕਰੋ ਕਿਤਨੇ ਨਾਈਸ ਕੱਪੜੇ ਨੇ ਪ੍ਰਾਈਜ਼ ਅਗਰ ਮੈਂ ਸਹੀ ਦੱਸਾਂ ਤਾਂ ਇਸ ਨੇ ਅਗਰ ਹਮ ਸੋ ਜਸਟ 10 ਪਾਉਂਡ 10 ਪਾਉਂਡ ਹੀ ਚਾਹੀਦੇ ਸਾਂ ਕਿ ਸੋਹਣੇ ਸੋਹਣੇ ਕੱਪੜੇ ਲੱਭਣ ਇਹ ਗੋਰਿਆਂ ਨੇ ਵਾਸਤਾ ਰਹੇਗਾ ਅੱਛੀ ਨਹੀਂ ਹੋਣੀ ਨਾ ਉਹਨਾਂ ਨੇ ਕ੍ਰਿਸਮਸ ਨੇ ਬੁਲਾਉਣੇ ਉਹਨੇ ਬੱਚਿਆਂ ਵਾਸਤੇ ਜਿਹੜਾ ਨੀਚੇਲਾ ਸੈਕਸ਼ਨ ਹੈ ਬੱਚਿਆਂ ਨਾਲ ਸੀ ਹੁਣ ਚੱਲਣੇ ਅਪਰ ਕੁਝ ਖੁਦ ਵੀ ਟਰਾਈ ਕਰਨੇ ਤਾਂ ਦੈਨ ਬਾਕੀ ਹੈ ਕਿ ਤੁਸੀਂ ਕੀ ਦੱਸਣਾ ਹੈ ਮੈਂ ਕਿ ਜਿਹੜਾ ਕਿੰਨੇ ਵਸਤਾ ਰਹਿਣ ਮੈਂ ਦੱਸਣਾ ਮੈਂ ਜਿਹੜਾ ਸਾੜਾ ਹੈ ਨਾ ਉਹ ਬੇਸਿਕਲੀ ਅਪਰਲੇ ਫਲੋਰ ਪਰ ਹੈ ਉੱਪਰ ਚੱਲਣਾ ਹੈ ਜੀ ਬੜੀ ਪਹਿਲਾਂ ਤੁਹਾਡੇ ਕੋਲ ਇਸ ਟਾਈਮ ਮੇਨ ਸੈਕਸ਼ਨ ਹੀ ਚਾਹੀਦੀ ਹੈ ਇੱਕ ਵਾਰੀ ਪੂਰਾ ਮਾਸੋ ਹਲੀਮ ਬਾਈ ਚੈੱਕ ਕਰੋ ਕਿ ਕਿੰਨਾ ਬੜਾ ਸਟੋਰ ਹੈ ਔਰ ਇਸ ਨੇ ਵਿੱਚ ਇਤਨੀਆਂ ਜ਼ਿਆਦਾ ਚੀਜ਼ਾਂ ਮੌਜੂਦ ਹੀ ਹੈ ਨਾ ਕਿ ਮੈਂ ਪਹਿਲੀ ਵਾਰੀ ਤੱਕੀਆਂ ਕਿ ਇਹ ਵੀ ਮਤਲਬ ਕਿ ਜਣੇ ਨੇ ਲਾਣੇ ਵਾਲੀਆਂ ਚੀਜ਼ਾਂ ਹੋਣੀਆਂ ਇਤਨਾ ਜ਼ਿਆਦਾ ਇਹਨਾਂ ਕੋਲ ਸਟੱਫ ਮੌਜੂਦ ਹੈ ਡਿਫਰੈਂਟ ਕੁਆਲਿਟੀ ਵਿੱਚ ਡਿਫਰੈਂਟ ਮਟੀਰੀਅਲ ਵੀ ਡਿਫਰੈਂਟ ਸਾਈਜ਼ਿਸ ਵੀ ਡਿਫਰੈਂਟ ਮਤਲਬ ਕਿ ਹਰ ਚੀਜ਼ ਇੱਥੇ ਮੌਜੂਦ ਹੈ ਤੁਸੀਂ ਲਾਓ ਚੈੱਕ ਕਰੋ ਅੱਛੋ ਵਿਜ਼ਿਟ ਕਰੋ ਤਾਂ ਇਨਸ਼ਾਅੱਲਾ ਤੁਹਾਨੂੰ ਰੀਲੀ ਨਾਈਸ ਲੱਗਦੀ ਹੈ ਮੈਂ ਚੈੱਕ ਕੀਤੀ ਹੈ ਇੱਕ ਜੈਕਟ ਸੋ ਇਸ ਕੀ ਹੁਣ ਮੈਂ ਲਾਈਕ ਕਿੰਨਾ ਹੈ ਕਿਉਂਕਿ ਜਿਸ ਲਈ ਲੇਡੀਜ਼ ਸੈਕਸ਼ਨ ਇਸ ਨਾ ਉਸ ਲਈ ਮੈਂ ਕੋਈ ਟਰਾਈ ਨਾ ਕਰੀ ਕਿੰਨਾ ਸਾਂ ਕਿਉਂਕਿ ਉਸ ਟਾਈਮ ਮੈਂ ਜਿਹੜਾ ਨਹੀਂ ਖੁਦ ਜ਼ਰਾ ਕਿਸ ਤਰ੍ਹਾਂ ਲਾਵਾਂ ਮੈਂ ਜਾਣਾ ਸੋ ਮੈਂ ਚੈੱਕ ਕਰੀ ਕਿੰਨਾ ਜੈਕਟ ਹੈ ਕੁਆਲਿਟੀ ਵਾਈਜ਼ ਚੈੱਕ ਕਰੋ ਕਿੰਨਾ ਨਾਈਸ ਮਟੀਰੀਅਲ ਹੈ ਪ੍ਰਾਈਜ਼ ਅਗਰ ਮੈਂ ਸਾਂ ਕਿ ਇਸ ਨੇ ਦੱਸਾਂ ਸੋ ਯਕੀਨ ਨਾ ਕਰਨ ਲੱਗੇ ਕਿ ਸਿਰਫ 18 ਪਾਉਂਡਾਂ ਨਹੀਂ ਇਹ ਜੈਕਟ ਹੈ ਬਲੀਵ ਕਰੀ ਕਿੰਨਾ ਇਸ ਨੇ ਨਾਈਸ ਜੈਕਟ ਇਤਨਾ ਨਾਈਸ ਸਟੱਫ ਇਤਨਾ ਨਾਈਸ ਮਟੀਰੀਅਲ ਔਰ ਰੀਲੀ ਨਾਈਸ ਰੇਸਨ ਕਿ ਸਿਰਫ 18 ਪਾਉਂਡਾਂ ਨੇ ਅੰਦਰ ਮਿਲਨੇ ਕੋਈ ਹੋਰ ਇਹ ਜਿਹੀਆਂ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਹੈਗੀਆਂ ਜਿਹੜੀਆਂ ਸਟੋਰ ਦੇ ਅੰਦਰ ਮੌਜੂਦ ਹੈ ਤਾਂ ਇਨਸ਼ਾਅੱਲਾ ਤੁਹਾਨੂੰ ਉਹ ਵੀ ਦੱਸਣੇ ਆ ਜਾ ਸਵਾਲੇ ਬਾਈ ਅੱਛੋ ਹੈ ਜਿਹੜੀ ਜਾ ਚੈੱਕ ਕਰੀ ਕਿਨੋ ਇੱਕ ਜੈਕਟ ਹੈ ਦੱਸ ਵੀ ਹੈ ਇਹ ਵੀ ਤਕਰੀਬਨ 18 ਪਾਉਂਡ ਦੀ ਹੈ ਇਹ ਮੈਨੂੰ ਇਤਨੀ ਨਾਈਸ ਨਹੀਂ ਲੱਗੀ ਜਿਤਨੀ ਮੈਨੂੰ ਪਹਿਲੇ ਉਹ ਨਾਈਸ ਲੱਗੀ ਹੈ ਉਹ ਡਿਫਰੈਂਟ ਸਟਾਈਲ ਵਿੱਚ ਮੌਜੂਦ ਹੈ ਹੁਣ ਆਏ ਚੈੱਕ ਕਰੀ ਕਿਨੋ ਇਹ ਚੈੱਕ ਕਰੋ ਇਸ ਨਾਲ ਕਿਤਨਾ ਨਾਈਸ ਮਟੀਰੀਅਲ ਚੈੱਕ ਕਰੋ ਇਸ ਨਾਲ ਕਿਤਨਾ ਨਾਈਸ ਹੈ ਅੰਦਰੋਂ ਵੀ ਚੈੱਕ ਕਰੀ ਕਿਨੋ ਕਿਤਨੀ ਨਾਈਸ ਹੈ ਔਰ ਪ੍ਰਾਈਜ਼ ਵੀ ਸਾਂ ਚੈੱਕ ਕਰੀ ਕਿਨੋ ਕਿ ਕਿਤਨੀ ਨਾਈਸ ਹੈ ਜਸਟ 25 ਪਾਉਂਡ ਵਿੱਚ ਮੌਜੂਦ ਹੈ ਮੈਂ ਇਸ ਕੀ ਇੱਕ ਵਾਰੀ ਲਾਈਟ ਚੈੱਕ ਕਰਨਾ ਹੈ ਸਾਂ ਲਾਉਣਾ ਹੈ ਚੈੱਕ ਕਰੋ ਸਹੀ ਹੈ ਸੁਣੀ ਅਲੀ ਮੈਂ ਪਰਫੈਕਟ ਅਜਾ ਕੇ ਮੈਂ ਨੀਚੇ ਜੈਕਟ ਆਪਣੀ ਵੀ ਲਾਈ ਹੋਈ ਉਸ ਦੇ ਬਾਵਜੂਦ ਵੀ ਇਹ ਨਾਈਸ ਲੱਗਣੀ ਇਸ ਨੇ ਉੱਪਰ ਵੀ ਤੁਸੀਂ ਲਾਈ ਕਿੰਨੇ ਚੈੱਕ ਕਰੋ ਵੈਰੀ ਨਾਈਸ ਅਸਾਂ ਕਿ ਜੈਕਟਾਂ ਦੱਸਣੇ ਆ ਨਾ ਤੇ ਬਾਅਦ ਵਿੱਚ ਇਨਸ਼ਾਅੱਲਾ ਮਜ਼ੀਦ ਜਿਹੜੀਆਂ ਹੋਰ ਇਹਨਾਂ ਕੋਲ ਮੌਜੂਦ ਹੀ ਇਹਨਾਂ ਚੀਜ਼ਾਂ ਉਹ ਵੀ ਤੁਸਾਂ ਕਿ ਦੱਸਣੇ ਆਈ ਜਸ ਹੋ ਗਏ ਪੂਰਾ ਸਟੋਰ ਭਰਿਆ ਵਾ ਹਰ ਰੈਂਕ ਵਿੱਚ ਡਿਫਰੈਂਟ ਟਾਈਪ ਦੀਆਂ ਜੈਕਟਾਂ ਮੌਜੂਦ ਹੀ ਹੁਣ ਅਗਰ ਤੁਸੀਂ ਇਸ ਟਾਈਪ ਨੂੰ ਲਾਉਣਾ ਚਾਹੁੰਦੇ ਹੋ ਤਾਂ ਇਹ ਵੀ ਇਹਨਾਂ ਕੋਲ ਆਈ ਹੈ ਔਰ ਇਸ ਨੇ ਪ੍ਰਾਈਜ਼ ਹੈ ਲੀ ਬਾਈ ਕੋਲ ਐਕਸ ਇਹ ਜਸਟ 15 ਪਾਉਂਡਾਂ ਵਿੱਚ ਇਹ ਸੈਕਸ਼ਨ ਜਿਹੜੀਆਂ ਲੱਗੀਆਂ ਉਹ ਤੁਸਾਂ ਕਿ 15 ਪਾਉਂਡਾਂ ਨੇ ਮਿਲਣੀਆਂ ਚੈੱਕ ਕਰੋ ਚੈੱਕ ਕਰੋ 15 ਪਾਉਂਡਾਂ ਨੇ ਸਿਰਫ ਔਰ ਇਸ ਨੇ ਪਰ ਵੀ ਆਈ ਥਿੰਕ ਆਫ ਹੈ ਨਾ 25% ਆਫ ਇਹ ਤਕਰੀਬਨ ਨੇ ਪਈ ਜਿਸ ਮਿਲਣਾ 10 ਪਾਉਂਡਾਂ ਦੇ ਜਿਹੜਾ ਜਿਹੜਾ ਪੈਸੇ ਹਾਂ 10-11 ਪਾਉਂਡ ਆਈ ਗੈਸ ਸਰ ਮਜ਼ੀਦ ਤੁਸਾਂ ਕਿ ਹੋਰ ਵੀ ਦੱਸਣੇ ਆਏ ਸੈਕਸ਼ਨ ਬੜਾ ਜ਼ਬਰਦਸਤ ਹੈ ਇਸ ਨੇ ਵਿੱਚ ਲਗੇ ਸਨ ਨਾਈਟ ਨੇ ਡਰੈਸਸ ਔਰ ਇਤਨੇ ਨਾਈਸ ਹਨ ਨਾ ਕਿ ਮੈਨੂੰ ਇਤਨੇ ਪਸੰਦ ਆਏ ਇਹਨਾਂ ਵਿੱਚੋਂ ਕੁਝ ਇਤਨੇ ਜ਼ਿਆਦਾ ਅੱਛੇ ਸਰ ਜੀ ਮੈਂ ਜੋ ਆਏ ਵੀ ਬਹੁਤ ਜ਼ਿਆਦਾ ਇਹ ਚੈੱਕ ਕਰੀ ਕਿ ਨਾਈਟ ਡਰੈਸਿਸ ਇਸ ਸੈਕਸ਼ਨ ਵਿੱਚ ਇਤਨੇ ਨਾਈਸ ਹੈ ਨਾ ਮਟੀਰੀਅਲ ਇਹਨਾਂ ਦਾ ਇਤਨਾ ਸਾਫਟ ਹੈ ਨਾ ਮਤਲਬ ਕਿ ਰਾਤੀ ਸੇਨੇ ਨੇ ਟਾਈਮ ਲਾਣਾ ਲੇਕਿਨ ਇਹ ਬੰਦਾ ਦਿਨ ਨੇ ਟਾਈਮ ਵੀ ਲਾਈ ਕਿੰਨਾ ਪ੍ਰਾਈਜ਼ ਅਗਰ ਇਹਨਾਂ ਨੇ ਚੈੱਕ ਕਰ ਸੋਣਾ ਤਾਂ ਜਸਟ 10 ਪਾਉਂਡ ਨਾ ਇਹਨੇ ਚੈੱਕ ਕਰੋ ਇਸ ਨਾਲ ਮਟੀਰੀਅਲ ਇਸ ਨਾਲ ਇਹ ਚੈੱਕ ਕਰੋ ਦੈਨ ਇਸ ਨੇ ਵਿੱਚ ਇਹ ਵੀ ਇਹ ਦੋਵੇਂ ਬੇਸਿਕਲੀ 10 ਪਾਉਂਡ ਨੇ ਮਿਲਣੇ ਸਿਰਫ ਇਹ 10 ਪਾਉਂਡ ਨਾਲ ਨਹੀਂ ਮਿਲਣਾ ਡਿਜ਼ਾਈਨ ਰੀਅਲੀ ਨਾਈਸ ਹੈ ਬਾਕੀ ਨਾਈਟ ਵੇਅਰ ਵਿੱਚ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਇਹਨਾਂ ਕੋਲ ਮੌਜੂਦ ਹੈ ਇਹ ਚੈੱਕ ਕਰੀ ਕਿ ਇਸ ਨੇ ਵਿੱਚ ਦੈਨ ਇਸ ਨੇ ਸੰਗ ਇਹ ਮਿਲਣਾ ਇਹ ਵੀ ਜਸਟ 10 ਪਾਉਂਡ ਨਾਲ ਇਸ ਨਾਲ ਚੈੱਕ ਕਰੋ ਕਿਤਨੀ ਫਲੈਕਸੀ ਹੈ ਇਸ ਸਟੱਫ ਵਿੱਚ ਸਟੱਫ ਚੈੱਕ ਕਰੀ ਕਿ ਨਾਈਸ ਹੈ ਨਹੀਂ ਹੈ ਕਿ ਇਸ ਤਰ੍ਹਾਂ ਕੋਈ ਮਾਲ ਹੀ ਸਹਿ ਰਹੀ ਹੈ
ਸਟੋਰ ਹੈ ਸਪੈਸ਼ਲੀ ਇਹਨਾਂ ਨੂੰ ਆਏ ਵੀ ਨਾ ਇਸਨੇ ਇਹਨਾਂ ਵਿੱਚੋਂ ਇੱਕ ਮੈਂ ਲਾਜ਼ਮੀ ਕਰ ਸਕਾਂ ਜੀ ਕਿ ਮੈਂ ਖੜ ਸਾਂ ਐਂਡ ਦੈਨ ਜਿਹੜਾ ਨਹੀਂ ਹੈ ਇੱਕ ਆਹ ਕਿਹੜਾ ਮੈਂ ਲਾਇਆ ਸੀ ਆਏ ਦਾ ਇਹ ਦੋ ਮੈਂ ਲਾਜ਼ਮੀ ਖੜ ਸਾਂ ਬਾਕੀ ਮੈਂ ਕੁਝ ਖੜਾ ਨਾ ਖੜਾ ਕਿਉਂਕਿ ਮੈਨੂੰ ਆਪੋ ਬਹੁਤ ਪਸੰਦ ਆਇਆ ਇਹ ਮੈਂ ਇਨਸ਼ਾਅੱਲਾ ਕਿਨ ਸਾਂ ਇਹਨਾਂ ਨੂੰ ਸ਼ੋਪਿੰਗ ਕਰ ਸਾਂ ਅਤੇ ਬਾਕੀ ਮਜ਼ੀਦ ਤੁਸੀਂ ਕੀ ਹੋਰ ਚੈੱਕ ਕਰਾਈ ਹੋਣਾ ਇਹਨੇ ਕੋਈ ਫਰਕ ਹੀ ਹੋਣਾ ਫਰਕ ਹੀ ਚੇਂਜ ਕਰ ਲਓ ਇਸ ਤੋਂ ਬਾਅਦ ਇਹਨਾਂ ਕੋਲ ਸ਼ਰਟਸ ਵਗੈਰਾ ਵੀ ਮੌਜੂਦ ਨੇ ਜਿਹੜੀਆਂ ਕਿ ਤੁਸੀਂ ਲਾਉਣੇ ਅਕਸਰ ਪੈਂਟ ਨੇ ਅੰਦਰ ਅਤੇ ਇਹਨਾਂ ਦੀ ਪ੍ਰਾਈਸ ਜਸਟ 12 ਪਾਉਂਡ ਸਿਰਫ 12 ਪਾਉਂਡ 10 ਪਾਉਂਡ ਮਤਲਬ ਕਿ 10 ਪਾਉਂਡਾਂ ਦੀਆਂ ਅਸਾਂ ਕਿ ਮਿਲੀ ਜਾ ਸਕਦਾ ਚੈੱਕ ਕਰੀ ਵੀ ਨਾ ਕਿਤਾ ਨਾ ਇਹ ਜਿਹੜੀ ਜੈਕਟ ਹੈ ਹੁਣ ਇਹ ਜਿਹੜਾ ਟੌਪ ਹੈ ਇਤਨਾ ਨਾਈਸ ਇਸ ਨਾਲ ਮਟੀਰੀਅਲ ਹੈ ਪ੍ਰਾਈਸ ਸਿਰਫ ਇਸਨੇ ਚੈੱਕ ਕਰੀ ਕਿ ਨਾ ਕਿ 9.99 9 ਪਾਉਂਡਾਂ ਨੇ ਤਕਰੀਬਨ ਤੁਸੀਂ ਕਿ ਮਿਲੀ ਜਾਂਦਾ ਜੇ ਬਜਾ ਆਈ ਜਸ ਮਜ਼ੀਦ ਡਿਫਰੈਂਟ ਡਿਜ਼ਾਈਨ ਵਿੱਚ ਹੋਰ ਵੀ ਮੌਜੂਦ ਹੈ ਇਹ ਚੱਕਰ ਹੋਏ ਜਸਟ 7 ਪਾਉਂਡ ਨੇ ਡਿਫਰੈਂਟ ਕਲਰ ਵਿੱਚ ਅਤੇ ਡਿਫਰੈਂਟ ਡਿਜ਼ਾਈਨ ਵਿੱਚ ਜਸਟ 7 ਪਾਉਂਡ ਨੇ ਇਹ ਤੁਸਾਂ ਕਿ ਮਿਲੀ ਜਾਣੇ ਅੱਗੇ ਜ਼ਾਹਿਰ ਹੈ ਸਮਰ ਲਗਾ ਚ ਨਾ ਜ਼ਿਆਦਾਤਰ ਬੰਦੇ ਜਾਣੇ ਬੀਚ ਉੱਪਰ ਅੱਗੇ ਜਾ ਸਕਣ ਸੈਰ ਵਗੈਰਾ ਕਰਨ ਵਾਸਤੇ ਉਹ ਚੈੱਕ ਕਰੋ ਇਹਨਾਂ ਦਾ ਮਟੀਰੀਅਲ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਿਤਨਾ ਨਾਈਸ ਹੈ ਔਰ ਪ੍ਰਾਈਜ਼ ਅਗਰ ਇਸਨੇ ਦੱਸਾਂ ਤੁਸਾਂ ਕਿ ਜਸਟ 6 ਪਾਉਂਡ ਨੇ ਲੱਭੀ ਜਾਣਾ ਤੁਸਾਂ ਜਾਣੇ ਕਿਉਂਕਿ 6 ਪਾਉਂਡ ਹੋਰ ਕੁਝ ਲੱਭ ਸੀ ਇਹ ਚੀਜ਼ ਚੈੱਕ ਕਰੋ ਕਿਤਨਾ ਨਾਈਸ ਹੈ ਇਸ ਕਲਰ ਵਿੱਚ ਵੀ ਹੈ ਇਸ ਡਿਜ਼ਾਈਨ ਵਿੱਚ ਵੀ ਹੈ ਤੁਸਾਂ ਕਿ ਇਹ ਬਲੈਕ ਵਿੱਚ ਵੀ ਲੱਭੀ ਜਾਣੇ ਇਹ ਟੌਪ ਹਨ ਔਰ ਇਤਨੇ ਨਾਈਸ ਕੁਆਲਿਟੀ ਨੇ ਨਾ 10 ਆਫ 10 ਹੈ ਰੀਅਲੀ ਨਾਈਸ ਮਜ਼ੀਦ ਇਸ ਨੂੰ ਸੁਬਾਹ ਇਸ ਸੈਕਸ਼ਨ ਵਿੱਚ ਇਹ ਸਾਰੇ ਟੌਪ ਲੱਗੇ ਨੇ ਇਹ ਪੂਰੇ ਟੌਪ ਇੱਕ ਵਾਰੀ ਚੈੱਕ ਕਰਾਈ ਜਾ ਕਰ ਦਿੰਦੇ ਇਹ ਵੀ ਰੀਅਲੀ ਨਾਈਸ ਹੈ ਜਸਟ 20 ਪਾਉਂਡ ਇਚ ਇਹ ਸਿਰਫ 12 ਪਾਉਂਡਾਂ ਨੂੰ ਆ ਇਹ ਬਲੂ ਕਲਰ ਵਿੱਚ ਹੈ ਰੀਅਲੀ ਨਾਈਸ ਹੈ ਇਹ ਵੀ ਜਸਟ ਤੁਸਾਂ ਕਿ ਲੱਭੀ ਜਾਸੀ ਹੈ ਮੈਂ ਕੁਦਰਿਆਂ ਨੇ ਕੱਪੜੇ ਕੁਦਰ ਲਾਉਣਾ ਪਿਆ ਬਾਅਦ ਚਲੋ ਆਪ ਸੈੱਟ ਕਰੀ ਗੱਲ ਚੱਲ ਇਤਨਾ ਨਾਈਸ ਹੈ ਟੌਪ ਡਰੈਸ ਇਹ ਜਸਟ ਤੁਸਾਂ ਕਿ 14 ਪਾਉਂਡਾਂ ਵਿੱਚ ਮਿਲਣਾ ਪਿਆ 14 ਪਾਉਂਡ ਵਿੱਚ ਇਤਨਾ ਨਾਈਸ ਨਾਈਸ ਇਤਨਾ ਸਸਤਾ ਮਾਲ ਇਹ 15 ਪਾਉਂਡਾਂ ਵਿੱਚ 1 ਪਾਉਂਡ ਮਹਿੰਗਾ ਆ 15 ਪਾਉਂਡਾਂ ਨਾ ਲੇਕਿਨ ਨਾਈਸ ਹੈ ਇਹ ਬਾਕੀ ਇਹ ਦਿਖਾਈ ਜਾਂਦੀਆਂ ਗਿਆ ਜੀ ਜੈਕਟਾਂ ਹੁੱਡੀਜ਼ ਜਿਹੜੀਆਂ ਮੈਂ ਹੁਣ ਲਈਆਂ ਹੋਈਆਂ ਨੀਚੇ ਵੀ ਮੌਜੂਦ ਦੀਆਂ ਹੁਣ ਇਹ ਜਿਹੜੀ ਹੁਣ ਇਹ ਹੁੱਡੀਜ਼ ਹੈ ਇਹ ਜਿਹੜੀ ਹੁੱਡੀ ਹੈ ਮੈਂ ਪਿੱਛਾ ਲਾਈ ਵੀ ਹੈ ਅਤੇ ਇਹ ਜਿਹੜੀ ਹੁੱਡੀ ਮੈਂ ਲਾਈ ਵੀ ਹੈ ਨਾ ਇਹ ਸੇਮ ਇਸੇ ਚੀਜ਼ ਮਟੀਰੀਅਲ ਵਿੱਚ ਵੀ ਹੈ ਸੇਮ ਚੀਜ਼ ਹੈ ਪ੍ਰਾਈਜ਼ ਅਗਰ ਚੈੱਕ ਕਰ ਸਕੋ ਤਾਂ 14 ਪਾਉਂਡ ਸਿਰਫ 14 ਪਾਉਂਡਾਂ ਨਹੀਂ ਮਿਲਦਾ ਜੀ ਮਿਲਣੀ ਹੈ ਮੈਂ ਜਿਹੜੀ ਕਹਿੰਦੀ ਸੀ ਇਹ ਆਈ ਥਿੰਕ ਤੁਰਕੀ ਵਿੱਚ ਵੀ ਕਹਿੰਦੀ ਸੀ ਤਾਂ ਫਿਰ ਵੀ ਇਤਨੀ ਜ਼ਿਆਦਾ ਮਹਿੰਗੀ ਲੱਗਦੀ ਸੀ ਉੱਥੇ ਵੀ ਇਤਨਾ ਫੇਕ ਮਾਲ ਹੋਣਾ ਸੀ ਲੇਕਿਨ ਉੱਥੇ ਵੀ ਤਕਰੀਬਨ ਮੈਗੀ 80 ਪਾਉਂਡਾਂ ਵਿੱਚ ਪਈ ਸੀ ਇਹ ਬਾਕੀ ਹੈ ਕਿ ਸ਼ਾਰਟ ਆਰਮ ਹਾਫ ਬਾਜ਼ੂ ਵਾਲੀਆਂ ਜੈਕਟਾਂ ਇਹ ਵੀ ਲੱਭੀ ਜਾਣੀ ਤੁਸੀਂ ਕਿਤੇ ਜਸਟ 12 ਪਾਉਂਡ ਵਿੱਚ ਮਾਰਨੇ ਕੁਆਲਿਟੀ ਨਾਈਸ ਲੱਗ ਰਹੇ ਨੇ ਮੈਂ ਆਹੀ ਕਿ ਲੇਡੀਜ਼ ਤੋਂ ਜ਼ਿਆਦਾ ਜਿਹੜਾ ਨਹੀਂ ਹੈ ਮਿਕੀ ਇੱਥੇ ਆਪਣਾ ਜਿਹੜਾ ਕੱਲ ਤਾਂ ਲੇਡੀਜ਼ ਵਿੱਚ ਚੈੱਕ ਕਰਨੀਆਂ ਸਾਨੂੰ ਨਾ ਆਪਣਾ ਮਾਇੰਡ ਅਸੀਂ ਚੈੱਕ ਕਰਨਾ ਲੇਕਿਨ ਮਿਕੀ ਜਿਹੜਾ ਜ਼ਿਆਦਾਤਰ ਅਪਰਲਾ ਸੈਕਸ਼ਨ ਜ਼ਿਆਦਾ ਅੱਛਾ ਲੱਗਾ ਹੈ ਕਿਉਂਕਿ ਇਸਨੇ ਮਾਲ ਰੀਅਲੀ ਨਾਈਸ ਹੈ ਰੀਅਲੀ ਨਾਈਸ ਕੁਆਲਿਟੀ ਉਹਨੇ ਜਸਟ 12 ਪਾਉਂਡਾਂ ਵਿੱਚ ਹੈ ਉਹ ਚਮਕ ਨਜ਼ਰ ਅੱਛੀ ਨਹੀਂ ਬਿਲਕੁਲ ਨਜ਼ਰ ਅੱਛੀ ਨਹੀਂ ਹੁੰਦੀ ਇਸਨੇ ਮਿਕੀ ਨਜ਼ਰ ਫਲੈਕਸ ਚੈੱਕ ਕਰੋ ਫਲੈਕਸੀਬਿਲਿਟੀ ਚੈੱਕ ਕਰੋ ਕਿਉਂਕਿ ਜਿਹੜਾ ਮਾਲ ਅੱਛਾ ਨਹੀਂ ਹੋਣਾ ਉਹ ਟੁਕੜਾ ਮਤਲਬ ਅੱਗੇ ਨਹੀਂ ਜਾਣਾ ਇਸ ਤਰੀਕੇ ਨਾਲ ਰਬੜ ਵਾਲਾ ਨਹੀਂ ਹੋਣਾ ਅਗਰ ਕੁਛ ਸ਼ਾਪਿੰਗ ਕਰਨੀ ਨਾ ਇੱਕ ਵਾਰੀ ਪਾਕਿਸਤਾਨ ਜਾਣਾ ਹੈ ਕੁਦਰਤ ਜਾਣਾ ਹੈ ਦੂਰ ਜਾਣ ਦੀ ਜ਼ਰੂਰਤ ਕੋ ਨਹੀਂ ਹੈ ਸਿਰਫ ਇੱਥੇ ਅੱਛਾ ਇੱਥੋਂ ਤੁਸਾਂ ਕਿ ਸਾਰਾ ਕੁਝ ਇੱਕ ਜਗ੍ਹਾ ਸਾਰਾ ਕੁਝ ਤਕਰੀਬਨ ਤੁਸਾਂ ਕਿ ਮਿਲੀ ਜਾਸੀ ਅਸਾਂ ਕਿ ਤੁਰਦਤ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੈ ਕਿ ਇੱਕ ਜਗ੍ਹਾ ਜਾ ਸਕਦੇ ਹਾਂ ਉੱਥੋਂ ਕਿ ਸਕਦੇ ਹਾਂ ਦੂਜੀ ਜਗ੍ਹਾ ਜਾ ਸਕਦੇ ਕਿਉਂਕਿ ਇਹਨਾਂ ਕੋਲ ਮੈਨਸ ਵੀ ਹੈ ਵੂਮੈਨਸ ਵੀ ਹੈ ਬੱਚਿਆਂ ਨਾਲ ਵੀ ਹੈ ਅਤੇ ਜਿਸ ਟਾਈਪ ਨਾਲ ਕੋਈ ਸੱਚਾ ਸੋ ਬਾਕੀ ਹੈ ਕਿ ਸ਼ੂਜ਼ ਵਾਲੇ ਵੀ ਹੈ ਸ਼ੂਜ਼ ਤੁਸਾਂ ਕਿ ਚੈੱਕ ਕਰਾਉਣੇ ਹਨ ਸ਼ੂਜ਼ ਨਹੀਂ ਜੈਕਟਾਂ ਹੈ ਰੀਅਲੀ ਨਾਈਸ ਕਲਰ ਵਿੱਚ ਰੀਅਲੀ ਨਾਈਸ ਡਿਜ਼ਾਈਨ ਵਿੱਚ ਐਂਡ ਪ੍ਰਾਈਜ਼ ਅਗਰ ਮੈਂ ਤੁਸੀਂ ਚੈੱਕ ਕਰਾਂ ਤਾਂ ਜਸਟ 20 ਪਾਉਂਡ ਵਿੱਚ ਮਤਲਬ ਕਿ 20 ਪਾਉਂਡ ਹੈ ਸਿਰਫ ਲੈਦਰ ਨਹੀਂ ਹੈ ਜੈਕਟ ਮਿਲਦੀ ਪਈ ਤੁਸਾਂ ਕਿ ਨਾਈਸ ਕਲਰ ਵਿੱਚ ਸ਼ੂਜ਼ ਆਈ ਜਾ ਸੋ ਸ਼ੂਜ਼ਾਂ ਦੀ ਪ੍ਰਾਈਸ ਇੱਥੇ ਬੇ ਤੱਕੀ ਤਾਂ ਰਾਨ ਹੋ ਗਿਆ ਸ਼ੂਜ਼ ਨਹੀਂ ਪ੍ਰਾਈਜ਼ ਇਤਨੇ ਮੁਨਾਸਬ ਕੀਮਤ ਪਰ ਇੱਕ ਮੁਨਾਸਬ ਕੀਮਤ ਪਰ ਇਹ ਸ਼ੂਜ਼ ਜ਼ਿਆਦਾਤਰ ਮੈਂ ਪੁੱਛਿਆ ਮਲੀਮ ਭਾਈ ਮੈਂ ਟਿਕਟੋਕ ਉੱਪਰ ਤਾਂ ਨਹੀਂ ਵਾਇਰਲ ਹੋਇਆ ਸੀ ਇਹ ਸ਼ੂਜ਼ ਬਸ ਉਸੇ ਨਾਲ ਮਿਲਣਾ ਜੁਲਣਾ ਸ਼ੂਜ਼ ਹੈ ਉਸੇ ਨਾਲ ਹੀ ਹੈ ਕੁਆਲਿਟੀ ਵੀ ਰੀਅਲੀ ਨਾਈਸ ਹੈ ਉਹ ਤਕਰੀਬਨ ਤੁਸਾਂ ਕਿ ਸਿਰਫ 10 ਪਾਉਂਡਾਂ ਨਾਲ ਮਿਲਣਾ ਪਿਆ ਜਸਟ 10 ਪਾਉਂਡ ਠੀਕ ਹੈ ਚੈੱਕ ਕਰੀ ਕਿ ਡਿਫਰੈਂਟ ਡਿਜ਼ਾਈਨ ਇੱਥੇ ਮੌਜੂਦ ਹੈ
लेकिन मिगी जेह्ड़े ज्यादातर पसंद आए ना वी साइड आए ना चक्कर हुन आए मेरे शूज चेक करो कितना नाइस है जस्ट 20 पाउंड प्राइस इज नहीं सिर्फ 20 पाउंड आने अंदर सा कि ये शूज ना जोड़ा लगना पे और रियली नाइस ये अगर सा टाउन च इधर उधर जाओ ना तकरीबन 200 250 150 पाउंड में मिलना सके इस शूज ने अंदर सारे शूज रैंक मौजूद है बाकी आगे शूज ना इस साइड भी शूज हैं मैं शूज आज चेक करी कि ना सारे तकरीबन जेड़े नहीं सो मास्टर जी कितने बेहतरीन लेदर ने शूज हैं और प्राइस अगर इन्हें चेक करो तो जस्ट 10 पाउंड 10 पाउंड आना सा कि ये खूबसूरत जा जुतियां ना जोड़ा लबना है जस्ट 10 पाउंड कलर भी इसने विच डिफरेंट मौजूद है कोई नहीं सो इसने विच सा कि ब्लैक भी मिलना है इसने सा कि ग्रे भी मिलना है इसने सा कि ब्राउन भी मिलना है देन अगेन ब्लैक भी मिलना है लेकिन प्राइस इन्होंने जस्ट 10 पाउंड सिर्फ 10 पाउंड आना सा कि ये मिलना है जो कुदरत ने लबने है सा इतने सस्ते जरा क्लोज अच्छे इन्होंने डिजाइन चेक करो कितना नाइस है पिछू शूज इन्हें क्या आखने पता नहीं आई डोंट नो इतना मैं आइडिया को नहीं जस्ट 10 पाउंड तकरीबन सारे 10 पाउंड आने इतने महंगा कोई भी नहीं है इतनी तुसा कि नहीं तो मतलब कि मैं तो आना है कि अगर तुसा सेल भी करी हो तो तुसा वास्ते बेहतरीन है अगर कारोबार शुरू करने हो उन्हें वाइट कलर विच नाइस जोड़ा है लैदर विच एंड प्राइस अगर इन्हें चेक कर सो तो इन्होंने भी 10 पाउंड इस साइड आई जाओ मजीद अगर शूज उधर भी रियली नाइस लगे हुए हैं इधर अच्छो शूज इन को बहुत हैं लड़कियों ने भी हैं लेडीज भी दस जी लेडीज शूज भी भैन माड़िया असन जमे बाप ने दस लेडीज को दस उन्हें लेडीज शूज हैं और ये जस्ट 15 पाउंड बच इस ये सारे शूज हैं ज़्यादातर जो घर वस्तर इस्तेमाल हो रहे ना और बेसिकली आइस शूज होने निके निके क्यूट क्यूट जो शूज हैं और ये तकरीबन सके कितने ना मिलना पे और ये सारे तुम शूज चेक करी कि ना तो फिर मैं तुम्हें दसना है अगली गल हूँ बैक उस वाली भाई ये शूज बेसिकली ज़्यादातर घर में इस्तेमाल होने मतलब कि आम नॉर्मल यूज विच और प्राइस चेक करो कितना क्यूट जे शूज ना पेर है और जस्ट 5 पाउंड विच सिर्फ 5 पाउंड विच ये तुम्हें शूज लभने और सारे इन्होंने डिजाइन चेक करी कि ना इन्होंने कलर चेक करी कि ना बाकी है कि मैं आना एक जबरदस्त है अगर तुम मंगाना चाहो आई थिंक ऑनलाइन भी मिली जाने उन्हें चेक करा उन्हें ये ककरोज इन्हें कि पता नहीं क्या आने ककरोज पता ककरोज पता नहीं क्या आने इन्हें ये भी जस्ट 5 पाउंड नाइस जेड ये डेफिनेटली सुन लाजमी किन्ने उन्हें ये भी शूज आने के शूज हैं उए तरीके ने उसे तरीके ने सेम प्राइस चेक करते हो तो जस्ट 15 पाउंड आने उन्हें जरा बल्ले जो मारी हो तो डिफरेंट कलर विच डिफरेंट डिजाइन विच डिफरेंट स्टाइल विच रियली नाइस क्वालिटी विच है हूँ बैक पर भी अगर तुसा चेक करा तो इतना भी शूज लगे थे लेसिस अले उतना आई थिंक वो सारे लेसिस बगैर तो नहीं आया सना लेसिस अले लेकिन आए चेक करो नाइस जब पेयर है शूज ना रियली नाइस और अगर इसने प्राइस में से चेक करा तो जस्ट 12 पाउंड आना सिर्फ ये नाइस जो शूज है मैं जोड़ा तुसा कि अनबिलीवेबल एक और अच्छा एक और चीज़ उसने सु भी सस्ता उसने कि मैं दसना है उसने सु सस्ता और जड़िया माड़िया भैन ही हैं ना वो खास तौर पर यह चीज़ा रियली नाइस लाइक करनी उन्हें चप्पलों सारिया मारो ये डिफरेंट डिफरेंट कलर विच हैं डिफरेंट डिजाइन विच हैं एंड डिफरेंट स्टाइल विच हैं इन्होंने मटीरियल इतना नाइस है ना इतना सॉफ्ट सॉफ्ट है ना एक होना ना लैदर रियली नाइस गुड क्वालिटी नहीं लैदर है और अगर मैं इसमें प्राइस से दसा ना तो बिलीव ना करन लगे जस्ट 9 पाउंड विच सिर्फ 9 पाउंड आना है तुसा कि जुतियां ना जोड़ा मिलना रियली नाइस जा लाजमी विजिट करना तुसा इत्थे तो फिर मैं बाना भी अपना रिव्यू भी देना कि कैसा है तो इधर डिफरेंट किस्म के बैग भी लगे हैं इन्हें बैगों की प्राइस भी अगर चेक करो तो जस्ट 20 पाउंड बैग लगे हुए हैं तो इस टाइम मैन शूज थोड़ा जो लास्ट पर मैं तुसा कि जो जीन्स लभ रहे हैं इधर आइए बाकी अगर इस सैक्शन अच्छो तो तुम कि चेक करी देना तो मुख्तलिफ टाइप दियाँ जीन्स लभनी है जे जिस तरीके ने लाना चाहे जिस टाइप में पसंद करना चाहे प्राइस अगर मैं सही दसा तो जस्ट 14 पाउंड पूरी स्पेशल एक वीडियो में इस वजह से बनाई कि कोई चीज़ रही ना जाए तुम्हें प्राइस भी पता लगी जाए आइडिया भी हो जाए कि इस्तेमाल चीज़ा मौजूद हैं तो बाकी तुम लाजमी विजिट करना और मैं दसना कि कैसा लगा है लोकेशन में नीचे मैंशन करी और वेस्ट ब्रह्मज ने अंदर पोस्ट कोड में दी और तुम लाजमी विजिट करना और अच्छा और मैं अपने रिव्यू ना जरा नहीं है लाजमी अगर करना कॉमेंट में थ्रू मस्त
जी माड़ियों भैनों तुम्हारे भरा इस टाइम साढ़े नाल मौजूद है जी। सरदार साहब अच्छे साथ ही ना पूछा कि तुहानू इंग्लैंड कैसा लगा। मैं तुहानू किस तरह पता चलिया कि मैं नया नया आया। उन्हें फिर दस्या कि सरदार साहब किस तरह पता चलिया तुहानू? एक स्किन तो एक थोड़ा जो स्टाइल हुंदा है जी जी पता लग जाता थोड़ा थोड़ा भी उधर लेगा जो स्टाइल चेंज नहीं हो तुहानू की पता की लग रहा कि मैं कि जगह तू हाँ मेजोरिटी ਸੋ ਬਾਕੀ ਹੈ ਕਿ ਨਹੀਂ ਉਹ ਭਰਿਆ ਪਿਆ ਆਪਣੇ ਆਲਮ ਰੋਕ ਜਾਉਂਗੇ ਹਜੇ ਗਏ ਨਹੀਂ ਮੈਨੂੰ ਲੱਗਦਾ ਨਹੀਂ ਮੌਜਲੀ ਨਹੀਂ ਗਏ ਅੱਗੇ ਆ ਵਿਜ਼ਿਟ ਕੀਤਾ ਸਾਰਾ ਮੀਰਪੁਰ ਸਭ ਭਰਿਆ ਪਿਆ ਆਪਣਾ ਉੱਥੇ ਠੀਕ ਹੈ ਤੁਸੀਂ ਇਸੇ ਏਰੀਆ ਦੇ ਮੈਂ ਨਾਲ ਹੀ ਇੱਥੇ ਵੈਸਟ ਬਲੌਕ ਇੱਥੇ ਜ਼ਿਆਦਾਤਰ ਮੈਜੋਰਟੀ ਸਿੱਖ ਬਰਾਦਰੀ ਦੀ ਹੈ ਹਾਂ ਇੱਥੇ ਜ਼ਿਆਦਾ ਬਾਕੀ ਆਲਮ ਰੋਕ ਜਿਹੜਾ ਰੋਡ ਹੈ ਨਾ ਸਾਰਾ ਆਲਮ ਰੋਕ ਸਾਰਾ ਮੌਜਲੀ ਉੱਥੇ ਆਪਣੇ ਸਾਰੇ ਸਹੀ 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 ਉਹ ਰੈੱਡ ਏਰੀਆ ਸਾਰਾ ਹੀ ਪਾਕਿਸਤਾਨ ਹੈ ਠੀਕ ਹੈ ਉਹ ਵਿਜ਼ਿਟ ਕੀਤਾ ਤੁਸੀਂ ਕਰਤਾਰਪੁਰ ਬਾਰਡਰ ਜਾ ਕੇ ਮੈਂ ਗਿਆ ਨਹੀਂਗਾ ਉਹ ਤਾਂ ਨਹੀਂ ਅਜੇ ਡਰਦੇ ਡਰਦੇ ਗਏ ਉੱਥੇ ਜਾਂਦੇ ਹੀ ਉਹ ਸਾਡੇ ਤੇ ਵੈਸੇ ਹੀ ਲਾ ਦਿੰਦੇ ਕੰਮ ਦੂਜਾ ਇੰਡੀਆ ਵਾਲੇ ਨਹੀਂ ਹੁਣ ਤੁਸੀਂ ਨਾ ਤਾਂ ਜਾ ਸਕਦੇ ਹੋ ਨਾ ਤੁਸੀਂ ਵੀਜ਼ੇ ਤੇ ਜਾ ਸਕਦੇ ਹੈਗੇ ਆ ਇਹ ਨਹੀਂ ਕੀ ਗੱਲ ਪਰ ਜੇ ਇੱਥੋਂ ਇੱਕ ਵਾਰ ਜਾ ਕੇ ਉਧਰ ਚਲੇ ਜਾਈਏ ਨਾ ਇੰਡੀਆ ਚਲੇ ਜਾਈਏ ਫਿਰ ਉਹ ਅੱਜ ਕੱਲ ਥੋੜਾ ਥੋੜਾ ਚੱਲ ਰਿਹਾ ਕੰਮ ਤੁਹਾਨੂੰ ਪਤਾ ਨਹੀਂ ਵਾ ਵਾਪਸ ਨਹੀਂ ਆਉਂਦੇ ਨਹੀਂ ਆ ਮਤਲਬ ਉਹ ਕੋਈ ਕ੍ਰੋਸ ਲਾ ਦਿੰਦੇ ਪਾਸਪੋਰਟ ਠੀਕ ਹੈ ਨਹੀਂ ਤੁਸੀਂ ਇਥੋਂ ਅਗਰ ਇੰਡੀਆ ਤੋਂ ਇਥੋਂ ਹੀ ਇੰਡੀਆ ਜਾਓ ਤਾਂ ਵਾਪਸ ਨਹੀਂ ਆਣ ਦਿੰਦੇ ਤਾਂ ਦੇਣਗੇ ਉਹ ਜਦੋਂ ਇੰਡੀਆ ਜਾਓ ਕੁਛ ਨਾ ਕੁਛ ਉਹ ਬੈਨ ਲਾ ਦਿੰਦੇ ਉੱਥੇ ਠੀਕ ਹੈ ਜੇ ਉੱਥੋਂ ਆਏ ਹੋ ਕੀ ਐਕਟੀਵਿਟੀ ਹੈ ਤੁਹਾਡੀ ਕਿਉਂ ਗਏ ਅੱਛਾ ਕੁਟਵਾਰ ਬਾਰਡਰ ਤੇ ਜਾਓ ਤੇ ਹਾਂ ਓ ਠੀਕ ਠੀਕ ਨਹੀਂ ਮੇਰਾ ਵੀ ਬੜਾ ਸ਼ੌਕ ਹੈ ਇੰਡੀਆ ਵੇਖਣ ਦਾ ਲੇਕਿਨ ਇਹ ਕਿ ਉਹ ਕਹਿ ਰਹੇ ਵੀਜ਼ਾ ਨਹੀਂ ਨਾ ਦਿੰਦੇ ਫਿਰ ਸਾਨੂੰ ਇਹ ਮਸਲਾ ਹੈ ਕਿ ਵੇਖ ਨਹੀਂ ਸਕਦੇ ਐਸੀ ਤਾਂ ਕੋਈ ਗੱਲ ਨਹੀਂ 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 ਦਿੰਦੇ ਪਾਕਿਸਤਾਨ ਤੋਂ ਨਹੀਂ ਦਿੰਦੇ ਟਿਕਟ ਫਰਮ ਹੇਅਰ बड़ा शौक है मैंने बड़ा चंगा लगता है बड़ी मेहरबानी बहुत खुशी हुई मुलाकात करके।